ਅਸਲਾਮ ਵਾਲੇਕਮ ਦੋਸਤੋ ਮੇਰਾ ਨਾਮ ਹੈ ਜੁਨੇਦ ਤੇ ਤੁਸੀਂ ਨੇ ਪਾਏ ਹੋ YouTube ਚੈਨਲ ਹਮਸਫਰ ਵਿਲੋਗ ਦੋਸਤੋ ਕਾਫੀ ਦੋਸਤਾਂ ਨੂੰ ਪਤਾ ਹੋਸੀ YouTube ਤੇ ਇੱਕ ਟ੍ਰੈਂਡ ਚੱਲਦਾ ਪਈ ਕਾਫੀ ਪਤਾ ਹੀ ਹੋਸੀ ਦੋਸਤਾਂ ਨੂੰ ਭਾਈ ਯੂਨਸ ਨੇ ਨਾ ਤੇ ਖੁਦ ਕਸ਼ੀ ਕੀਤੀ ਹੈ ਤਾਂ ਦੋਸਤੋ ਆ ਵੀਡੀਓ ਨਦੀ ਆਈ ਇਹਨੂੰ ਅਪਲੋਡ ਕੀਤੀ ਹੈ ਨਾ ਭਾਈ ਯੂਨਸ ਦੀ ਦਰਤ ਹੋ ਗਈ ਹੈ ਤਾਂ ਮੈਂ ਕਿ ਫੇਕ ਵੀਡੀਓ ਯਾਰ ਇਹ ਮੇ ਲੋਕ ਕੂੜ ਮੈਂ ਨੇ ਪੈਨ ਮੇਰਾ ਵਾਲ ਮੋਬਾਈਲ ਖਰਾਬ ਹੋ ਗਈ ਦੋਸਤੋ ਤਾਂ ਵਾਲੇ ਹੁਣ ਮੈਂ ਵਾਲ ਤੇ ਸੁਣਾ ਤਾਂ ਖਬਰ ਵੀ ਸੱਚ ਆਈ ਦੋਸਤੋ ਤਾਂ ਕਾਫੀ ਕਿ ਤੋਸ ਮੈਂ ਸੁਣਿਆ ਭਾਈ ਆਰ ਦੀ ਮੈਂ ਵੀ ਸਟੱਡੀ ਹੈ ਨਾ ਉਹਨਾਂ ਦਾ ਬੇਟੀ ਹੈ ਨਾ ਉਹਨਾਂ ਨਾਲ ਉਹਨਾਂ ਦੀ ਮੰਗਣੀ ਥਾਈ ਹੈ ਯੂਨਸ ਦੀ ਤੇ ਆਰ ਦੀ ਮੈਂ ਵਿਸ਼ ਦੀ ਮੈਂ ਵਿਸ਼ ਦੀ ਜਿਹੜੀ ਥੀ ਹੈ ਭਾਈ ਬੇਟੀ ਉਹਨਾਂ ਦੀ ਮੰਗਣੀ ਹੋ ਗਈ ਹੈ ਮੰਗਣੀ ਤੋਂ ਬਾਅਦ ਆਰ ਦੀ ਮੈਂ ਵਿਸ਼ ਆਖਿਆ ਕਿ ਮੈਂ ਆਪਣੀ ਬੇਟੀ ਦੇ ਨਾਂ ਢਾ ਮੰਨ ਲੈ ਤੁਸੀਂ ਜ਼ਮੀਨ ਕਰਵਾਸੋ ਤਾਂ ਉਸ ਤੋਂ ਬਾਅਦ ਵਾਲ ਮੈਂ ਤਾਨੂੰ ਭਾਈ ਰਿਸ਼ਤਾ ਦੇ ਹਾਂ ਯੂਨਸ ਆਖਾ ਸੰਤ ਇਹ ਨਿਕਾਰ ਨਹੀਂ ਸਕਦੇ ਅੱਜ ਕੱਲ ਇਹ ਜਿਹੜਾ ਦੌਰ ਚੱਲਦਾ ਪਿਆ ਇਸ ਦੌਰ ਦੇ ਵਿੱਚ ਇਹ ਚੀਜ਼ਾਂ ਹੋਣ ਹਨ ਭਈਆਂ ਤਾਂ अगर यार हम इस यूनस ने ना गलत किया कैं इंसान को मशवरा लै देना या कैं दोस्त को घर सलाह कर लगा इवें गल ए बू तूसा जमीन दे दवो तो आमने तो घर ये भी किननी है सारी कुछ अपने गारी आम तो यूनस ने गलत किया काफ़ी के अलसि उन्होंने जन्त जा दे दे तो उन्होंने जे कबीरा गुना उन्होंने माफ कर रहे हूँ त काफ़ी अच्छे इंसान अच्छे मिजाज इंसान हैं तो काफ़ी वो तो गलत किया यूनस ने खुदकशी की ਇਹ ਸਰ ਸਾਰ ਬੜੀ ਗਲਤੀ ਹੈ ਇਹ ਤਾਂ ਖੁਦਕਸ਼ੀ ਨਾ اسلام ਵਿੱਚ ਵੀ ਹਰਾਮ ਹੈ ਆ ਬਾਕੀ ਕਿ ਜਿਹੜੇ ਹੁਣ ਆਰਦੀ ਮਾਇਵ ਸ਼ੋਰਤ ਨਹੀਂ ਆਖਾ ਯੂਨਸ ਨੂੰ ਭਈ ਤੂੰ ਖੁਦਕਸ਼ੀ ਕਰ ਤੂੰ ਮਾਰ ਸਾਰੇ ਵਾਸਤੇ ਉਹ ਆਰਦੀ ਮਾਇਵ ਸ਼ੋਰਤ ਦਾ ਕੋਈ ਕਸੂਰ ਕਹਿ ਨਹੀਂ ਮੇਰੇ ਸਮਝਣੇ ਅਗਰ ਤਵਾਲ ਤੁਸਾਂ ਤੁਹਾਡੇ ਸਮਝਣੇ ਚ ਆਰਦੀ ਮਾਇਵ ਮਾਇਵ ਸ਼ੋਰਤ ਦਾ ਕਸੂਰ ਹੈ ਵੀਡੀਓ ਦੇ ਹੇਠ ਕਮੈਂਟ ਕਰਾਇਆ ਦੋਸਤੋ ਤਾਂ ਕਾਫੀ ਕਿ ਮੇਰੇ ਸਮਝਣੇ ਆਰਦੀ ਮਾਇਵ ਸ਼ੋਰਤ ਦਾ ਕੋਈ ਕਸੂਰ ਕਹਿ ਨਹੀਂ ਕਾਫੀ ਕਿ ਉਹਨੇ ਤਾਂ ਨਹੀਂ ਆਖਾ ਭਈ ਤੂੰ ਖੁਦਕਸ਼ੀ ਕਰ ਆਹ ਤਾਂ ਰਿਸ਼ਤਾ ਨਹੀਂ ਦੇਂਦੇ ਯਾਰ ਬੰਦੇ ਦਾ ਕੋਈ ਜ਼ਿਹਨ ਹੁੰਦਾ ਮਾਈਂਡ ਹੁੰਦਾ ਕਿ ਬੰਦਾ ਸੁਜਲਾ ਲੈਂਦਾ ਯਾਰ ਹੈ ਕੋਈ ਦੋਸਤ ਨੂੰ ਨਾਲ ਮਸ਼ਬਰਾ ਕਰ ਲੈਂਦਾ ਹੈ ਕਹ ਬਹਿਨਲ ਕਰ ਲੈਂਦਾ ਹੈ ਇਤ ਨਹੀਂ ਹਕ ਲਾ ਲਾ ਕੇ ਖੁਦਕਸ਼ੀ ਕਰ ਲਈ ਬੰਦੇ ਨੇ ਯਾਰ ਬੰਦੇ ਦਾ ਬੰਦਾ ਹੁੰਦਾ ਬੰਦੇ ਕੋਲ ਗਲਤੀਆਂ ਥੀ ਵੈਣੀ ਯਾਰ ਬੰਦੇ ਨਾਲ ਕਹ ਨਾ ਸਲਾਹ ਕਰਨੀ ਚਾਹੀਦੀ ਹੁਣ ਤਾਂ ਵਫਾਤ ਪਾ ਚੁੱਕੇ ਤਾਂ ਅੱਲਾ ਸਾਨੂੰ ਜੰਨਤ ਤੇ ਆਲਾ ਮਕਾਮ ਮਤਾ ਫਰਮਾਵੇ ਥਾ ਡੇਲੇ YouTube ਤੇ ਵੀਡੀਓ ਬਣਾਉਂਦਾ ਸਾਰਾ ਉਹ ਇਲਜ਼ਾਮ ਜਿਹੜਾ ਸਾਰੇ ਹੁੰਦੋ ਤ ਰਹਿੰਦੇ ਪਨਾਰਜ ਮਵੇਸ਼ ਤੇ ਡੇਲੇ ਵੀ ਦੋਸਤ ਹਨ ਲੜੇ ਪਰ YouTube ਤੇ ਵੀਡੀਓ ਬਣਾਉਣੇ ਤਾਂ ਕਾਫੀ ਕੇ ਦੋਸਤੋਂ ਆਰਦੀ ਮੈਸ਼ ਕੇ ਕਰਿਆ ਕਿਛਲ ਉਹਨਾਂ ਕੋ ਲੈ ਸਕਦੀ ਹੈ ਫੇ ਸ਼ਾਦੀ تھی ਵਨੀ ਆ ਉਹ ਇਹ ਸਮਝੇਂਦੇ ਆਂ ਭਾਈ ਇਹ ਤਾ ਪਿੱਛਾ ਉਸ ਵਜੋਂ ਉਹ ਆਦੀ ਮੈਸ ਕੋਟੀ ਵਾਸਤੇ ਆਪਣੀ ਧੀ ਦੀ ਸਕੋਟੀ ਵਾਸਤੇ ਭਾਈ ਦਾ ਮਲੇ ਜ਼ਮੀਨ ਲਿਖਵਨੀ ਆ ਭਾਈ ਮੇਰੀ ਧੀ ਨਾ ਭਾਈ ਆਰਾਮ ਸਕੂਨ ਖਾਵੇ ਪੀਵੇ ਤੇ ਰਵੇ ਤਾਂ ਹੁਣ ਉਹਨਾਂ ਦਾ ਇਹ ਤੇ ਭਾਈ ਇਹ ਕਹਿੰਦੇ ਮੈਂ ਸ਼ਾਦੀ ਕਰਵਾ ਕੇ ਫਲ ਮੈਂ ਤਲਾਕ ਲਵਾ ਲਾ ਭਾਈ ਭਜਾ ਲੈ ਚੁਬਨੂ ਯਾਰ ਇਹ ਬੜੀ ਮੁਸ਼ਕਲ ਗੱਲ ਹੈ ਹੁੰਦਾ पूरी जिंदगी गुजारनी एक बाकी के यदि जाम इमरान वाले साहब उन वन उन्होंने गप शप पाई यूनस दी उन्होंने कोई मसला सोल कर यार मैं कोई सीधे राहत लाओ मैं यार इस मसले में फंसो यहाँ तो यार उन्हें कै गल नहीं कहना भाई वो भी नहीं की सलाह सलू भी नहीं की थी। ते के जहर खा ले सी तो बहुत हो तो गई है तो काफ़ी के मैं तो समझे ना मैं तो कोई झूठी खबर है तो वाल मैं और आ रहे मोबाइल लै आएँ हाँ भाई बन गई आज या कुछ खराब हो होगी आज ता मैं यूट्यूब पर खोलिए तो दिखा है बाकी खबर भी सच आई मैं बेधी आई तो एक अपनी खुशी अपनी धीशी वास्तव यह चीजा कराना चाहती है के मसला आई कोई गलत कह नहीं करें मैं बेश है सोचो तो सही भाई वो गलत कह नहीं कराती पी ना दी भाई अपनी धीते भाई जा मे जमीन मांग के ऊपर गारी मैं भी किन्या सारा कुछ लै मे धी तो ना गारी मनिया वापस ਇਹ ਹਾਰਿਕਲ ਦੀ ਦੁਨੀਆ ਦਾ ਇਹ ਚਲਦਾ ਪਿਆ ਨਾ ਸਿਰਿਵਾਜ ਇਹ ਸਾਰਾ ਕੁਝ ਦੇ ਰਿਵਾਜ ਇਵੇਂ ਚਲਦਾ ਪਿਆ ਭਾਈ ਜ਼ਮੀਨ ਦੋ ਜ਼ੇਬਾਡੋ ਸਾਰਾ ਕੁਝ ਦੇ ਸਾਰਾ ਜੁਨਿਸ ਭਾਈ ਫੌਤ ਹੋ ਚੁੱਕੇ ਨੇ ਵਫਾਤ ਪਾ ਚੁੱਕੇ ਨੇ ਦੁਨੀਆ ਤੋਂ ਉਸਕਾ ਤੋ ਚੁੱਕੇ ਨੇ ਅੱਲਾਹ ਤਾਲਾ ਉਹਨਾਂ ਦੇ ਜੰਨਤ ਅੱਲਾ ਮਕਾਨ عطا ਫਰਮਾਵੇ ਕਿ ਦੋਸਤੋ ਆਂਦੀ ਵੀਡੀਓ ਤਾਂ ਥਾਂ ਯਾਨ ਕਰਦੇ ਸੇ ਤਾਂ ਅਗਰ ਮੇਰੀ ਆਦੀ ਵੀਡੀਓ ਅੱਛੀ ਲਗੀ ਹੈ ਤਾਂ ਸਾਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾ ਤਾਂ ਆਪਣੇ ਰਾਏ ਵੀ ਕਮੈਂਟੇ ਜ਼ਰੂਰ ਦਿਵਾ